ਜੋਬ ਕਰਾਂ ਬੜੇ ਸ਼ਾਰਟ ਨੋਟਿਸ ਨੇ ਤੁਸੀਂ ਇਸ ਪ੍ਰੈਸ ਕਾਨਫਰੰਸ ਲਈ ਆਏ ਇਸ ਬੁਲੇਟ ਕੀਤੀ ਹੈ ਇਤਨੀ ਪ੍ਰੈਸ ਕਾਨਫਰੰਸ ਹੈਗੀ ਹੈ ਇੱਕ ਸਪੈਸਿਫਿਕ ਮੁੱਦੇ ਤੇ ਬੁਲਾਈ ਗਈ ਹੈ ਜੋ ਕੱਲ ਇੱਕ ਇਸ਼ੂ ਰੇਜ਼ ਹੋਇਆ ਸੀਗਾ ਪੰਚਾਇਤੀ ਜ਼ਮੀਨ ਦੀ ਵਿਕਰੀ ਦਾ ਅਤੇ ਉਸ ਬਾਰੇ ਜੋ ਇੱਕ ਡਿਟੇਲਡ ਅੱਜ ਤੁਹਾਨੂੰ ਸਟੇਟਮੈਂਟ ਦਿੱਤੀ ਜਾਣੀ ਹੈ ਮੈਂ ਅੱਜ ਦੀ ਇਸ ਪ੍ਰੈਸ ਕਾਨਫਰੰਸ ਦੇ ਆਉਣ 'ਤੇ ਸਾਡੇ ਮਾਨਯੋਗ ਮੰਤਰੀ ਜੀ ਦਾ ਸਵਾਗਤ ਕਰਦਾ ਅਤੇ ਉਹਨਾਂ ਨੂੰ ਬੇਨਤੀ ਕਰਦਾ ਕਿ ਜੋ ਵੀ ਤੱਥ ਹੈਗੇ ਨੇ ਇਸ ਮਸਲੇ ਨੂੰ ਲੈ ਕੇ ਉਹ ਸਾਰੇ ਪ੍ਰੈਸ ਦੇ ਵੀਰਾਂ ਦੇ ਸਾਹਮਣੇ ਅੱਜ ਸਰ ਪ੍ਰਜੈਂਟ ਕਰਨ ਅਤੇ ਫਿਰ ਉਸ ਤੋਂ ਬਾਅਦ ਪ੍ਰੈਸ ਦੇ ਕੁਝ ਸਵਾਲ ਹੋਣਗੇ ਉਹ ਸਰ ਟੇਕ ਅਪ ਕਰਨ ਸਾਰਿਆਂ ਦਾ ਬਹੁਤ ਧੰਨਵਾਦ ਤੁਸੀਂ ਕੀਮਤੀ ਸਮਾਂ ਕੱਢ ਕੇ ਆਏ ਹੋ ਮੇਰੇ ਦੋਸਤ ਉੱਤੇ ਮੇਰੇ ਨਾਲ ਸਾਡੇ ਮਾਨਯੋਗ ਡੀਸੀ ਸਾਹਿਬ ਸਾਡੇ ਡੀਡੀਪੀ ਸਾਹਿਬ ਗਿੱਲ ਸਾਹਿਬ ਗੁਰਪ੍ਰੀਤ ਹੋਣੀ ਇੱਕ ਇਸ਼ੂ ਕੱਲ ਹਾਈਲਾਈਟ ਹੋਇਆ ਸੀਗਾ ਮਾੜਾ ਜਿਹਾ ਉਹਦੇ ਬਾਰੇ ਫਿਰ ਅਸੀਂ ਜਾਂਚ ਕੀਤੀ ਵੀ ਤਖ਼ਤ ਉਹਦੇ ਬਾਰੇ ਸਾਡੇ ਨਾਲ ਥੋੜ੍ਹਾ ਜਿਹਾ ਤੁਹਾਡੇ ਰਾਹੀਂ ਤੁਹਾਨੂੰ ਵੀ ਅਤੇ ਤੁਹਾਡੇ ਰਾਹੀਂ ਵੀ ਆਪਾਂ ਸਮੁੱਚੇ ਪੰਜਾਬੀਆਂ ਨੂੰ ਜਿਹੜਾ ਉਹਦੀ ਸਪਸ਼ਟੀਕਰਨੀਆਂ ਅਤੇ ਜਾਣਕਾਰੀ ਦੇਣੀ ਤੋਂ ਇੱਕ ਜੀ ਟੀ ਰੋਡ ਦੇ ਉੱਤੇ ਅੰਮ੍ਰਿਤਸਰ ਜਾਣ ਦਾ ਜੀ ਟੀ ਰੋਡ ਦੇ ਉੱਤੇ ਕਬੂਤੀ ਪਿੰਡ ਦੇ ਲਾਗੇ ਪੱਖੂਪੁਰਾ ਪਿੰਡ ਉੱਥੇ ਬਹੁਤ ਚਿਰ ਪਹਿਲਾਂ ਅਲਫਾ ਸਿੱਖੀ 15 ਦੇ ਵਿੱਚ ਇੱਕ ਕਲੋਨੀ ਜਿਹੜੀ ਕੱਟੀ ਗਈ ਬਹੁਤ ਤਕੜੀ ਕਲੋਨੀ ਸੀਗੀ ਉਹਨਾਂ ਨੇ ਪ੍ਰਾਈਵੇਟ ਲੋਕਾਂ ਕੋਲ ਜ਼ਮੀਨ ਲੈ ਕੇ ਜਿਹੜੀ ਉਹ ਕਲੋਨੀ ਕੱਟੀ 15 ਦੇ ਵਿੱਚ ਬਹੁਤ ਪੁਰਾਣੀ ਹੈ ਗੱਲ 7 ਸਾਲ ਹੋ ਗਏ ਜਿਹੜੀ ਮੈਂ ਤੁਹਾਨੂੰ ਗੱਲ ਸਮਝਾਉਣੀ ਚਾਹੁੰਦਾ ਜਿਹੜੀ ਗੱਲ ਕੱਲ ਆਈ ਕਿ 4 ਇੱਕ ਜ਼ਮੀਨ ਜਿਹੜੀ ਹੈ ਉਹ ਵੇਚ ਦਿੱਤੀ ਉੱਥੋਂ ਦੀ ਪੰਚਾਇਤ ਨੇ ਅਤੇ ਘੱਟ ਰੇਟ ਦੇ ਉੱਤੇ ਵੇਚੀ ਇਹਨਾਂ ਦੀ ਬਿਲਕੁਲ ਕੋਈ ਗੱਲ ਨਹੀਂ ਅਸਲ ਵਿੱਚ ਕੀ ਹੈ ਕਿ ਜਿਹੜੀਆਂ ਇਹ ਪ੍ਰਾਈਵੇਟ ਕਲੋਨੀਆਂ ਕੱਟੀਆਂ ਜਾਂਦੀਆਂ ਖੇਤੀਬਾੜੀ ਜ਼ਮੀਨਾਂ ਉੱਤੇ ਜਿਹੜੀਆਂ ਕਲੋਨੀਆਂ ਕੱਟੀਆਂ ਜਾਂਦੀਆਂ ਇਹਦੇ ਵਿੱਚ ਜਿਹੜੇ ਰਾਹ ਹੁੰਦੇ ਆ ਖਾਲ ਰਾਹ ਜਿਹੜੇ ਹੁੰਦੇ ਆ ਉਹ ਸਰਕਾਰੀ ਹੁੰਦੇ ਆ ਤਾਂ ਪੰਚਾਇਤਾਂ ਦੀ ਮਲਕੀਅਤ ਹੁੰਦੀ ਹੋਰ ਵੀ ਕਈ ਕਲੋਨੀਆਂ ਦੇ ਵਿੱਚ ਏਦਾਂ ਹੋਇਆ ਪਹਿਲਾਂ ਇਹ ਜਿਹੜੇ ਰਾਹ ਦੀ ਜਗ੍ਹਾ ਇਹਨਾਂ ਦੀ ਪੰਚਾਇਤ ਜਿਹੜੀ ਉਹ ਮਾਲਕ ਹੁੰਦੀ ਹੈ ਤੇ ਉਹਨਾਂ ਨੂੰ ਅਧਿਕਾਰ ਹੁੰਦਾ ਉਹ ਮਹਿਕਮੇ ਕੋਲੋਂ ਮਜ਼ਦੂਰੀ ਲੈ ਕੇ ਉਹ ਪਚਾਨਵੇਂ ਉਹਨੂੰ ਵੇਚ ਸਕਦੇ ਇਸ ਕੇਸ ਦੇ ਵਿੱਚ ਇਹੀ ਹੋਇਆ ਬਹੁਤ ਵੱਡੀ ਕਲੋਨੀ ਹੈ ਜਿਹਦਾ ਟੋਟਲ ਜਿਹੜਾ ਉਹਦਾ ਟੋਟਲ ਬਣੀ 48,000 ਆਪਣਾ ਪਤਾ ਪਾ ਕੇ ਉਸ ਸਮੇਂ ਦੇ ਡੀਸੀ ਸਾਹਿਬ ਉਹਨਾਂ ਨੂੰ ਭੇਜਿਆ ਸਾਡੇ ਵੀਡੀਓ ਸਾਹਿਬ ਡੀਡੀਓ ਸਾਹਿਬ ਨੂੰ ਭੇਜਿਆ ਕਿ ਸਾਡੇ ਪਏ ਬਣਦੇ ਆ ਪਹਿਲਾਂ ਤਾਂ ਕਲੋਨੀ ਵਾਲੇ ਲਾਉਂਦੇ ਸੀਗੇ ਉਹਨਾਂ ਨੇ ਇੱਦਾਂ ਸੋਚਿਆ ਹੋਣਾ ਕਿ ਜਿੱਦਾਂ ਜ਼ਮੀਨ ਦੇ ਨਾਲ ਫ੍ਰੀ ਮਿਲੇ ਪਰ ਬੰਦੇ ਅੜ ਗਏ ਉਹਨਾਂ ਕਿਹਾ ਨਹੀਂ ਜੀ ਅਸੀਂ ਤਾਂ ਉਹਦੇ ਆਪਣਾ ਵੇਚਾਂਗੇ ਉਹਨਾਂ ਨੇ ਡੀ ਸਾਹਿਬ ਨੂੰ ਰਿਕੁਐਸਟ ਕੀਤੀ ਡੀ ਸਾਹਿਬ ਨੇ ਇਹ ਕੇਸ ਬਣਾ ਕੇ ਸਰਕਾਰ ਨੂੰ ਭੇਜਿਆ ਤੇ ਸਰਕਾਰ ਨੇ ਉਹਦੀ ਅਪਰੂਵਲ ਦਿੱਤੀ ਅਪਰੂਵਲ ਦੇ ਕੇ ਇੱਕ ਪੂਰੀ ਜ਼ਿਲ੍ਹੇ ਲੈਵਲ ਤੇ ਕਮੇਟੀ ਹੁੰਦੀ ਹੈ ਜਿਹਦੇ ਡੀਸੀ ਸਾਹਿਬ ਚੇਅਰਮੈਨ ਹੁੰਦੇ ਉਸ ਕਮੇਟੀ ਦੇ ਕੋਈ ਵੀ ਜਿਹੜੀ ਸਰਕਾਰੀ ਪ੍ਰੋਪਰਟੀ ਜੋ ਦੇਖਦੀ ਹੈ ਉਹਦਾ ਜਿਹੜਾ ਰੇਟ ਤੈਅ ਕਰਦੇ ਆ ਉਹ ਰੇਟ ਤੈਅ ਕਰਨ ਵਾਸਤੇ ਉਹ ਕਮੇਟੀ ਬਣੀ ਹੁੰਦੀ ਹੈ ਉਸ ਸਮੇਂ ਦੇ ਡੀਸੀ ਸਾਹਿਬ ਨੇ ਪਹਿਲਾਂ ਰੇਟ ਭੇਜਿਆ ਬਣਾ ਕੇ ਉਹ ਰੇਟ ਨਹੀਂ ਮਨਜ਼ੂਰ ਹੋਇਆ ਫਿਰ ਦੁਬਾਰਾ ਉਸ ਰੇਟ ਨੂੰ ਠੀਕ ਕਰਕੇ
ਸਾਈਕਲ ਭੇਜਿਆ ਉਹ ਮੁੜ ਕੇ ਜਿਹੜਾ ਉਹ ਠੀਕ ਹੋਇਆ 18 ਦੇ ਵਿੱਚ 29 18 ਦੇ ਵਿੱਚ 29 ਲੱਖ ਨੂੰ ਭੇਜਿਆ ਜਿਹੜੇ ਉਸ ਵੇਲੇ ਦੇ ਡਿਪਟੀ ਕਮਿਸ਼ਨਰ ਸੀ ਸੰਘਾ ਸਾਹਿਬ ਪਰ ਪੰਚਾਇਤ ਮੰਨੀ ਨਹੀਂ ਫਿਰ ਦੁਬਾਰਾ ਦੇ ਵਿੱਚ ਜਿਹੜਾ ਉਹ ਭੇਜਿਆ 53 ਲੱਖ ਦਾ ਤੇ 53 ਲੱਖ ਦੇ ਰੇਟ ਦੇ ਵਿੱਚ ਤੇ ਸਰਕਾਰ ਦੇ ਇਸ ਕਾਫੀ ਫਰਕ ਪੈ ਗਿਆ ਤੇ ਫਿਰ ਉਹਨਾਂ ਨੇ ਡੀਸੀ ਸਾਹਿਬ ਦੀ ਬਦਲੀ ਹੋ ਗਈ ਤੇ ਸ਼ਿਵਦਲਾਰ ਸਿੰਘ ਦੀ ਢਿੱਲੋਂ ਸਾਹਿਬ ਜਿਹੜੇ ਸਾਡੇ ਡੀਸੀ ਸਾਹਿਬ ਸੀਗੇ ਬੜੇ ਮਾਨਦਾਰ ਸਾਡੇ ਡਿਪਟੀ ਕਮਿਸ਼ਨਰ ਸੀਗੇ ਫਿਰ ਉਹਨਾਂ ਦੀ ਵਾਈਸ ਕਮੇਟੀ ਬਣੀ ਤੇ ਉਹਨਾਂ ਨੇ ਵਿਚਲਾ ਰਸਤਾ ਜਿਹੜਾ ਉਹ ਮਤਲਬ ਕਰਤਾ 11 ਤਨਵੀਰ ਨੂੰ ਮੀਟਿੰਗ ਕਰਕੇ ਉਹਨਾਂ ਨੇ ਇਹ ਜ਼ਮੀਨ ਦਾ 43 ਲੱਖ ਪਰ ਏਕੜ ਦੇ ਹਿਸਾਬ ਨਾਲ ਰੇਟ ਤੈਅ ਕਰਕੇ ਤੇ ਕੰਪਨੀ ਨੂੰ ਕਹਿਤਾ ਵੀ ਜੇ ਤੁਸੀਂ ਲੈਣੀ ਹੈ ਠੀਕ ਹੈ ਜੇ ਨਹੀਂ ਲੈਣੀ ਅਸੀਂ ਮਤਲਬ ਜਿਹੜਾ ਕੋਈ ਹੋਰ ਤੋਂ ਬੰਦ ਕਰਾਂਗੇ ਇੱਕ ਪੰਚਾਇਤ ਦੇ ਨਾਲ ਖੜੇ ਤੇ ਡੀ ਸਾਹਿਬ ਦੇ ਰੇਟਾਂ ਨੂੰ ਪੰਚਾਇਤ ਨੇ ਮੰਨਿਆ ਉਹ ਜਿਹੜੀ ਕਲੋਨੀ ਵਾਲੇ ਸੀਗੇ ਮਾਲਕ ਉਹਨਾਂ ਨੇ ਮੰਨਿਆ ਉਸ ਰੇਟ ਨੂੰ ਜਿਹੜਾ ਸਰਕਾਰ ਨੇ ਵਿੱਤ ਕਮਿਸ਼ਨਰ ਬਾਲਕ ਤੋਂ ਜੋ ਭੇਜਿਆ ਉਹਨਾਂ ਨੇ ਵੀ ਮੰਨਿਆ ਔਰ ਇਹ ਜਿਹੜੀ ਮਨਜ਼ੂਰੀ ਹੈ ਪਹਿਲੀ ਗੱਲ ਤਾਂ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਇਹ ਜਿਹੜੀ ਕਿਉਂਦੀ ਪੰਚਾਇਤ ਦੀ ਮਨਜ਼ੂਰੀ ਮਿਲੀ ਇਹ 11 ਦਿਨ ਜਿਹੜੀ 2022 ਨੂੰ ਮਿਲੀ 11 ਮਾਰਚ ਨੂੰ 2022 ਨੂੰ ਮਨਜ਼ੂਰੀ ਦੇ ਕੇ ਉਹਨਾਂ ਨੇ ਪੰਚਾਇਤ ਨੂੰ ਭੇਜੀ ਡੀਡੀਪੀਓ ਨੂੰ ਵੀਡੀਓ ਭੇਜੀ ਕਿ ਤੁਸੀਂ ਇਹਦੀ ਹੁਣ ਰਜਿਸਟਰੀ ਕਰ ਸਕਦੇ ਹੋ ਜਦੋਂ ਉਹਦਾ ਤੈਅ ਹੋ ਗਿਆ ਸਾਡੀ ਸਰਕਾਰ ਬਣੀ 19 ਤਰੀਕ 19 ਮਾਰਚ ਨੂੰ ਸਾਡੀ ਸਰਕਾਰ ਆਉਣ ਤੋਂ ਪਹਿਲਾਂ ਪਹਿਲਾਂ ਜਿਹੜਾ ਇਹਦੇ ਆਰਡਰ ਜਿਹੜੇ ਨਿਕਲ ਚੁੱਕੇ ਸੀਗੇ ਸੋ ਉਹਦੇ ਹਿਸਾਬ ਨਾਲ ਉਹਨਾਂ ਨੇ ਪੰਚਾਇਤ ਨੇ ਹੁਣ ਜਾ ਕੇ ਉਹਦੀ ਰਜਿਸਟਰੀ ਕੀਤੀ ਜਿਹੜਾ ਇਹ ਆਰਡਰ ਆਇਆ ਸੀਗਾ ਉਹਦੇ ਹਿਸਾਬ ਨਾਲ ਉਹਨਾਂ ਨੇ ਰਜਿਸਟਰੀ ਕਰਕੇ ਤੇ ਪੈਸੇ ਜਿਹੜੇ ਬੈਂਕ ਦੇ ਵਿੱਚ ਜਮ੍ਹਾਂ ਕਰਵਾਤੇ ਜਦੋਂ ਕੋਈ ਕੁਝ ਲੋਕਾਂ ਦੇ ਬਿਨਾਂ ਵਜ੍ਹਾ ਵਾਪਸ ਹੋਣਾ ਖੜਾ ਕਰਤਾ ਇਹ ਤਾਂ ਜੀ ਉੱਥੇ 1 ਕਰੋੜ ਰੁਪਏ ਦੀ ਪ੍ਰਾਪਰਟੀ ਸੀ 4-5 ਕਰੋੜ ਦਾ ਕਿੱਲਾ ਸੀਗਾ ਜੀ 45 ਲੱਖ ਨੂੰ ਦੇਤਾ ਸੋ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਪਹਿਲੀ ਗੱਲ ਤਾਂ ਸਾਡੀ ਸਰਕਾਰ ਦਾ ਨਾ ਕੋਈ ਤਰਕ ਵਾਸਤਾ ਨਹੀਂ ਸੀਗਾ ਤੇ ਪਹਿਲੀ ਸਰਕਾਰ ਦੇ ਟਾਈਮ ਤੇ ਸਾਰਾ ਕੁਝ ਹੋਇਆ ਬਟ ਫਿਰ ਵੀ ਮੈਂ ਇਹ ਗੱਲ ਤੁਹਾਨੂੰ ਕਹਿਣਾ ਚਾਹੁੰਦਾ ਕਿ ਜੇ ਇਹ ਜਿਹੜੇ ਰਸਤੇ ਜਿਹੜੇ ਵੇਚ ਕੇ ਪੰਚਾਇਤ ਨੇ ਆਪਣੇ ਖਾਤੇ ਦੇ ਵਿੱਚ ਐਫਡੀ ਕਰਾ ਲਈ ਉਹ ਐਫਡੀ ਜਿਹੜੀ ਖਰਚ ਨਹੀਂ ਸਕਦੀ ਪੰਚਾਇਤ ਪੰਚਾਇਤ ਸਿਰਫ ਉਹ ਰਾਜ ਸੋ ਮੈਂ ਤੁਹਾਡੇ ਰਾਹੀਂ ਪੰਜਾਬੀਆਂ ਨੂੰ ਸਪਸ਼ਟ ਕਰਨਾ ਚਾਹੁੰਦਾ ਸੀ ਸਾਡੇ ਨਾਲ ਜੋ ਮੁੱਖ ਮੰਤਰੀ ਭਗਵੰਤ ਮਾਨ ਜੀ ਨੇ ਉਹਨਾਂ ਦੀ ਸਰਕਾਰ ਦੇ ਸਾਡੇ ਮਹਿਕਮੇ ਵਿੱਚ ਕੋਈ ਜ਼ਮੀਨ ਸਸਤੀ ਨਾ ਵੇਚੀ ਹੈ ਨਾ ਵੇਚਾਂਗੇ ਜ਼ਮੀਨ ਦਾ ਜੋ ਮਾਰਕੀਟ ਰੇਟ ਹੋਊਗਾ ਉਹਦੇ ਅਨੁਸਾਰ ਅੱਗੇ ਵੀ ਜੇ ਕਿਤੇ ਸਾਨੂੰ ਵੇਚਣੀ ਪਈ ਤਾਂ ਉਹਦੇ ਅਨੁਸਾਰ ਦੇ ਵੀ ਵੇਚਾਂਗੇ ਸੋ ਮੈਂ ਉਹ ਜਿਹੜੀ ਗੱਲ ਸਾਡੇ ਬਾਰੇ ਕਹੀ ਗਈ ਉਹ ਬਿਲਕੁਲ ਪੂਰਾ ਝੂਠ ਹੈ ਸਾਡੇ ਕੋਲ ਪੂਰੇ ਪੇਪਰ ਨੇ ਤੇ ਪੇਪਰ ਅਸੀਂ ਫੇਸਬੁੱਕ ਤੇ ਸੋਸ਼ਲ ਮੀਡੀਆ ਤੇ ਪਾਵਾਂਗੇ ਤੁਹਾਨੂੰ ਵੀ ਕਾਪੀ ਸਾਰੇ ਪੀਡੀਏ ਨੂੰ ਟੋਟਲ ਇਸ ਕੇਸ ਦੀ ਫਾਈਲ ਜਿਹੜੀ ਹੈ ਕਿੱਥੋਂ ਸਟਾਰਟ ਹੋਇਆ ਕਿੱਦਾਂ ਹੋਇਆ ਕਿੰਨੇ ਕੀ ਲਿਖਿਆ ਮੈਂ ਸਾਰਾ ਕੁਝ ਲੈ ਕੇ ਆਇਆ ਮੋਟੇ ਤੌਰ ਤੇ ਸਾਰੇ ਡੇਟਾ ਦੇ ਤੌਰ ਤੇ ਲਿਖਤਾ ਕਿ ਆਹ ਇਸ ਡੇਟ ਦੇ ਉੱਤੇ ਆਹ ਮਤਲਬ ਜਿਹੜਾ ਜਿਹੜਾ ਫੈਸਲੇ ਜਾਂ ਆਹ ਜਿਹੜੇ ਡਿਸੀਜਨ ਕੀਤੇ ਗਏ ਉਸ ਸਮੇਂ ਦੇ ਸਾਡੇ ਜਿਹੜੇ ਡੀਸੀ ਸਾਹਿਬ ਸੀਗੇ ਸਾਡੇ ਜਿਹੜੇ ਉੱਤੇ ਪੰਚਾਇਤੀ ਰਾਜ ਦੇ ਮੰਤਰੀ ਸੀਗੇ ਜਾਂ ਉਸ ਸਮੇਂ ਦੀ ਜਿਹੜੀ ਕਾਂਗਰਸ ਦੀ ਸਰਕਾਰ ਸੀਗੀ ਉਹਨਾਂ ਨੇ ਇਹ ਫੈਸਲੇ ਕੀਤੇ ਬਟ ਮੈਂ ਇਸ ਗੱਲ ਤੇ ਮੇਰੀ ਤਸੱਲੀ ਹੈ ਕਿ ਪੰਚਾਇਤ ਦੇ ਪੱਤੂ ਦੇ ਜਿਹੜੇ ਪੰਚਾਇਤ ਨੇ ਮੈਨੂੰ ਪਤਾ ਨਹੀਂ ਕੌਣ ਸਰਪੰਚ ਨੇ ਉਹਨਾਂ ਨੇ ਬੜੀ ਸਿਆਸਤ ਕੀਤੀ ਉਹਦੇ ਵੇਚ ਕੇ ਪਏ ਵੇਚ ਕੇ ਉਹਨਾਂ ਨੇ ਪਹਿਲੀ ਜੀ ਵੀ ਕੀ ਇੱਕ ਤੇ ਮੈਂ ਤੁਹਾਡੇ ਨਾਲ ਰਾਈ ਇੱਕ ਕਲੀਅਰ ਕਰਨੀ ਚਾਹੁੰਦਾ ਕਿ ਸਾਡੀ ਇੱਥੇ ਕੋਈ ਗੱਲ ਨਹੀਂ ਜੇ ਕੋਈ ਬੰਦਾ ਜਿਹੜੇ ਪ੍ਰਚਾਰ ਕਰ ਰਹੇ ਉਹ ਸਾਫ ਕਰ ਦਿੰਦੇ ਗਰਾਮ ਪੰਚਾਇਤ ਦੀ ਪੈਲੀ ਸੀ ਉੱਥੇ ਕੋਈ ਸਾਡੀ ਜ਼ਮੀਨ ਨਹੀਂ ਸੀ ਕਿ ਪ੍ਰਾਈਵੇਟ ਜ਼ਮੀਨ ਸੀਗੀ ਪ੍ਰਾਈਵੇਟ ਜ਼ਮੀਨਾਂ ਦੇ ਉੱਤੇ ਉਹਨਾਂ ਨੇ ਲੈ ਕੇ ਆਪਣੀ ਕਲੋਨੀ ਕੱਟੀ ਹੈ ਸਾਡੇ ਜਿਹੜੇ ਪੰਚਾਇਤ ਦੀ ਮੰਤਰੀ ਇਹ ਤਰ੍ਹਾਂ ਕੰਮ ਸੀਗਾ ਉਹ ਪਏ ਸੀਗੇ ਰਸਤੇ ਸੀਗੇ ਜਿਹੜੇ ਪਿੰਡ ਦੀ ਪੰਚਾਇਤ ਦੇ 41 ਕਰੋੜ ਦੀ ਜਗ੍ਹਾ ਬਣਦੀ ਹੈ ਉਹ ਉਹਨਾਂ ਦੇ ਵਿੱਚ ਹੈ ਇਸ ਕਰਕੇ ਪਹਿਲੀ ਗੱਲ ਇਹ ਇਹ ਇੱਕ ਡਿਫਰੈਂਸ ਹੈ ਕਿ ਉੱਥੇ ਕੋਈ ਜ਼ਮੀਨ ਨਹੀਂ ਸੀਗੀ ਗ੍ਰਾਮ ਪੰਚਾਇਤ ਦੀ ਸਿਰਫ ਪਏ ਜਿਹੜੇ ਕਿਉਂਕਿ ਕਾਨੂੰਨੀ ਤੌਰ ਤੇ ਜਿੰਨੇ ਵੀ ਰਸਤੇ ਆ ਪੰਜਾਬ ਦੇ ਵਿੱਚ ਜਿੱਥੇ ਜਿੱਥੇ ਵੀ ਹੈ ਉਹ ਸਾਰੇ ਪੰਚਾਇਤਾਂ ਦੀ ਮਲਕੀਅਤ ਹੁੰਦੇ ਆ ਸੋ ਉਹ ਮਲਕੀਅਤ ਜਿਹੜੀ ਪੰਚਾਇਤ ਦੀ ਸੀ ਪੰਚਾਇਤ ਦੇ ਬਕਾਇਦਾ ਪੂਰੀ ਪੇਪਰ ਵਰਕ ਹੋਇਆ ਜੋ ਮੈਂ ਦੇਖੀ ਪੂਰੀ ਫਾਈਲ ਹਰ ਚੀਜ਼ ਹਰ ਟਾਈਮ ਤੇ ਮੀਟਿੰਗਾਂ ਹੋਈਆਂ ਡੀ ਸਾਹਿਬ ਨੇ ਬਹੁਤ ਵਧੀਆ ਪਹਿਲਿਆਂ ਨੇ ਕੰਮ ਕੀਤਾ ਇਸ ਕਰਕੇ ਮੈਨੂੰ ਇਸ ਕੇਸ ਦੇ ਵਿੱਚ ਕੋਈ ਗੜਬੜ ਨਹੀਂ ਲੱਗਦੀ ਪਰ ਸਾਡੀ ਸਰਕਾਰ ਦਾ ਇਹਦੇ ਨਾਲ ਕੋਈ ਤਰ੍ਹਾਂ ਦਾ ਵਾਸਤਾ ਨਹੀਂ ਇੱਕ ਦੂਜਾ ਮਤਲਬ ਜਿਹੜੀ
ਜਵਾਨ ਬੱਚਿਆਂ ਦੀ ਕੋਈ ਗੱਲ ਨਹੀਂ ਕੀਤੀ ਇਹ ਸਭ ਤੋਂ ਸਿਰ ਜਿਹੜੇ ਰਸਤੇ ਸੀਗੇ ਇਹ ਗੱਲ ਮੈਂ ਕਲੀਨ ਕਰਨ ਵਾਸਤੇ ਤੁਹਾਨੂੰ ਸਾਰੇ ਮਿੱਤਰਾਂ ਜਿਹੜਾ ਸੱਜਿਆ ਸੀਗਾ ਜੇ ਤੁਹਾਡਾ ਕੋਈ ਸਵਾਲ ਹੈ ਤੇ ਤੁਸੀਂ ਉਹ ਦੱਸ ਸਕਦੇ ਅਮਰ ਸਾਹਿਬ ਕਿਹਨੇ ਸਰ ਦਿਨੇ ਕੋਈ ਸੀ